ਕੱਲ 2/12/19 ਨੂੰ ਕੁਲਵੰਤ ਸਿੰਘ ਈਐਸਆਈ ਨੇ ਰਵੀ ਕੁਮਾਰ ਪੁੱਤਰ ਮੇਘਰਾਜ ਵਾਸੀ ਗੁਰੂ ਨਾਨਕਪੁਰਾ ਕੋਟ ਖਾਲਸਾ ਨੂੰ 4 ਪੇਟੀਆਂ ਕੈਸ਼ ਦੀਆਂ ਅਤੇ 1 ਐਕਟਿਵਾ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਅਤੇ ਉਹਨੇ ਫਿਰ ਅੱਗੋਂ ਇਨਕਸ਼ਾਫ ਕੀਤਾ ਵੀ ਮੈਂ 86 ਪੇਟੀਆਂ ਹੋਰ ਜਿਹੜੀਆਂ ਨੇ ਕੋਟ ਖਾਲਸਾ ਦੇ ਵਿੱਚ ਗੋਦਾਮ ਲੈ ਕੇ ਰੱਖੀਆਂ ਅਤੇ ਅਸੀਂ ਇਹਦੇ ਪਾਸੋਂ ਟੋਟਲ ਜਿਹੜੀਆਂ ਨੇ 74 ਪੇਟੀਆਂ ਕੈਸ਼ ਅਤੇ 6 ਪੇਟੀਆਂ ਇੰਪੀਰੀਅਲ ਬਲੂ ਅਤੇ 10 ਪੇਟੀਆਂ ਜਿਹੜੀਆਂ ਨੇ ਆਲ ਸੀਜ਼ਨ ਸ਼ਰਾਬ ਦੀਆਂ ਅਸੀਂ ਇਹਦੇ ਤੋਂ ਬਰਾਮਦ ਕੀਤੀਆਂ ਅਤੇ ਇਹਨੂੰ ਅੱਜ ਪੇਸ਼ ਅਦਾਲਤ ਕਰਕੇ ਇਹਦਾ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਪਤਾ ਕੀਤਾ ਜਾਏਗਾ ਕਿ ਇਹ ਸ਼ਰਾਬ ਕਿੱਥੋਂ ਲਿਆਉਂਦਾ ਅਤੇ ਕਿੱਥੇ ਕਿੱਥੇ ਸਪਲਾਈ ਕਰਦਾ ਅਤੇ ਕਿੰਨੇ ਚਿਰ ਤੋਂ ਇਹ ਧੰਦਾ ਕਰ ਰਿਹਾ। ਸਾਨੂੰ ਇਹ ਵੀ ਪਤਾ ਲੱਗਾ ਵੀ ਇਹਦੇ 'ਤੇ ਪਹਿਲਾਂ ਵੀ ਐਕਸਾਈਜ਼ ਐਕਟ ਦੇ ਮੁਕੱਦਮੇ ਦਰਜ ਪਹਿਲਾਂ ਵੀ ਸਰ ਪਹਿਲੇ ਦਰਜਿਆਂ ਤੋਂ ਦੱਸ ਤਾਂ ਚੁੱਕਾ।